हेलो फ्रेंड्स, मैं हरपिंदर कौर, तुसी देख रहे हो इंग्लिश विद रूप। आज मैं थोनों 11th क्यू कार्ड डिस्कस करवाउन जा रही हूँ, जो कि क्यू कार्ड है डिस्क्राइब अ परसन हु वेयर्स अनयूजुअल क्लोथ्स। कहिंदे इदां दा कोई परसन डिस्क्राइब करो जो कि अनयूजुअल क्लोथ्स वेयर करता है। हु इज़ ही, ओह कौन है, हाउ डू यू नो हिम, तुसी उसनूं किदां जानदे हो, वट काइंड ऑफ क्लोथ्स ही वेयर्स, ओह किदां दे क्लोथ्स वेयर करता है, वाई डू यू कंसीडर दैट हिज क्लोथिंग चॉइसिस आर वेयर। ते तां तुसी इदां क्यों कंसीडर ਕਰਦੇ ਹੋ ਕਿ ਜੋ ਉਹ ਕੱਪੜੇ ਪਹਿਨਦਾ ਉਹ ਕੀ ਨੇ, ਵੀਅਰਡ ਨੇ, ਔਕਵਰਡ ਨੇ। ਸੋ ਸਟਾਰਟ ਕਰਦੇ ਹਾਂ ਇਹਦਾ ਆਂਸਰ। ਕਹਿੰਦੇ ਨਾਓ ਆ ਡੇਜ਼ ਐਵਰੀ ਵਨ ਵਾਂਟਸ ਟੂ ਵੀਅਰ ਟ੍ਰੈਂਡੀ ਕਲੋਥਸ। ਕਹਿੰਦੇ ਅੱਜ ਕੱਲ੍ਹ ਹਰੇਕ ਪਰਸਨ ਇਹੀ ਚਾਹੁੰਦਾ ਕਿ ਉਹ ਟ੍ਰੈਂਡੀ ਕਲੋਥ ਪਾਵੇ ਡਿਊ ਟੂ ਦਾ ਇਨਫਲੂਐਂਸ ਆਫ ਵੈਸਟਰਨਾਈਜੇਸ਼ਨ, ਕਿਉਂਕਿ ਵੈਸਟਰਨਾਈਜੇਸ਼ਨ ਦਾ ਇੰਨਾ ਜ਼ਿਆਦਾ ਆਪਣੇ 'ਤੇ ਪ੍ਰਭਾਵ ਹੋ ਰਿਹਾ। ਆਈ ਐਮ ਫੌਂਡ ਆਫ ਬਾਇੰਗ ਨਿਊ ਕਲੋਥ ਬਟ ਨੋਟ ਸਟਰੇਂਜ ਵਨ। ਕਹਿੰਦੇ ਮੈਨੂੰ ਮੈਂ ਬਹੁਤ ਸ਼ੌਕੀਨ ਹਾਂ ਨਵੇਂ ਕਲੋਥਸ ਖਰੀਦਣ ਦੀ, ਬਟ ਇਹ ਨਹੀਂ ਹੈਗਾ ਕਿ ਮੈਂ ਸਟਰੇਂਜ ਜਾਂ ਵੀਅਰਡ ਕਲੋਥਸ ਖਰੀਦਾਂ। ਦੇਰ ਆਰ ਫਿਊ ਪੀਪਲ ਹੂ ਵੀਅਰ ਡਿਫਰੈਂਟ ਕਲੋਥ। ਕਹਿੰਦੇ ਕਾਫੀ ਫਿਊ ਪੀਪਲ, ਲਾਈਕ ਕੁਝ ਕੁ ਫਿਊ ਪੀਪਲ ਹੁੰਦੇ ਆ ਜਿਨ੍ਹਾਂ ਨੂੰ ਲਾਈਕ ਡਿਫਰੈਂਟ ਕਲੋਥਸ ਪਾਉਣੇ ਪਸੰਦ ਹੁੰਦੇ ਆ। ਹੇਅਰ ਆਈ ਵੁੱਡ ਲਾਈਕ ਟੂ ਟਾਕ ਅਬਾਊਟ, ਜਾਂ ਹੇਅਰ ਆਈ ਵੁੱਡ ਲਾਈਕ ਟੂ ਅਲਾਬੋਰੇਟ ਅ ਪਰਸਨ ਹੂ ਲਵ ਟੂ ਵੇਅਰ ਅਨਯੂਜ਼ਲ ਆਊਟਫਿਟਸ। ਇੱਥੇ ਕਹਿੰਦੇ ਮੈਂ ਉਹ ਪਰਸਨ ਬਾਰੇ ਦੱਸਣ ਜਾ ਰਹੀ ਹਾਂ ਜਿਸ ਪਰਸਨ ਨੂੰ ਅਨਯੂਜ਼ਲ ਆਊਟਫਿਟਸ ਪਾਉਣੀਆਂ ਪਸੰਦ ਨੇ। ਹੀ ਇਜ਼ ਮਾਈ ਬੋਸਮ ਫਰੈਂਡ। ਕਹਿੰਦੇ ਉਹ ਮੇਰਾ ਬਹੁਤ ਕਲੋਜ਼ ਫਰੈਂਡ ਹੈ। ਹੀ ਨੋਰਮਲੀ ਵੇਅਰਸ ਬ੍ਰਾਈਟ ਕਲਰਸ ਐਂਡ ਅਬਨੋਰਮਲ ਡਰੈਸਿਸ। ਕਹਿੰਦੇ ਉਹ ਯੂਜਲੀ ਕੀ ਕਰਦਾ, ਨੋਰਮਲੀ ਕੀ ਵੇਅਰ ਕਰਦਾ, ਬ੍ਰਾਈਟ ਕਲਰ ਦੇ ਡਰੈਸਿਸ ਪਾਉਂਦਾ। ਹੀ ਮਤਲਬ ਕਿ ਉਹ ਲੜਕਾ ਹੈ, ਵੈਸੇ ਤਾਂ ਜੈਨੂਅਲੀ ਲੜਕੇ ਜੋ ਲਾਈਟ ਕਲਰ ਦੇ ਕਲੋਥਸ ਪਾਉਂਦੇ, ਬਟ ਉਹਨੂੰ ਕਹਿੰਦੇ ਬ੍ਰਾਈਟ ਕਲਰ ਕਲੋਥਸ ਪਾਉਣੇ ਪਸੰਦ ਨੇ ਐਂਡ ਅਬਨੋਰਮਲ ਡਰੈਸਿਸ। ਅਬਨੋਰਮਲ ਜੋ ਨੋਰਮਲ ਨਾ ਹੋਣ, ਜਿਹੜੀਆਂ ਫੰਕੀ ਟਾਈਪ ਹੋਣ। ਹੀ ਡਜ਼ ਨੋਟ ਓਨਲੀ ਵੇਅਰ ਯੂਨੀਕ ਕਲੋਥ ਬਟ ਵੇਅਰਸ ਔਕਵਰਡ ਫੁੱਟਵੇਅਰ ਆਲਸੋ। ਉਹ ਕਹਿੰਦਾ ਯੂਨੀਕ ਕਲੋਥਸ ਹੀ ਨਹੀਂ ਪਾਉਂਦਾ, ਨਾਲ ਉਹਦੇ ਔਕਵਰਡ ਫੁੱਟਵੇਅਰਸ ਵੀ ਪਾਉਂਦਾ, ਵੀ ਫੁੱਟਵੇਅਰਸ ਵੀ ਉਹਦੇ ਇੱਦਾਂ ਦੇ ਹੀ ਹੁੰਦੇ ਨੇ। ਇਸ ਤੋਂ ਇਲਾਵਾ ਕਹਿੰਦੇ ਅ ਫਿਊ ਡੇਜ਼ ਅਗੋ, ਕਹਿੰਦੇ ਕੁਝ ਕੁ ਦਿਨਾਂ ਦੀ ਹੀ ਗੱਲ ਹੈ, ਇਨ ਡਿਸੰਬਰ ਵੈਨ ਮੋਸਟ ਇੰਡੀਵਿਜੁਅਲਸ ਵੇਅਰ ਵੂਲਨ ਕਲੋਥ, ਹੀ ਵੋਰ ਸਮਰ ਡਰੈਸ ਵਿਦ ਵਿੰਟਰ ਸ਼ੂਜ਼। ਉਹਨੇ ਕੀ ਕੀਤਾ ਸੀ, ਕਹਿੰਦੇ ਸਮਰ ਦੇ ਕੱਪੜੇ ਪਾਏ ਹੋਏ ਸੀਗੇ ਵਿੰਟਰ ਦੇ ਟਾਈਮ ਦੇ ਵਿੱਚ, ਅਤੇ ਸਮਰ ਦੇ ਕੱਪੜਿਆਂ ਦੇ ਨਾਲ ਕੀ ਪਾਏ ਹੋਏ ਸੀਗੇ, ਉਹਨੇ ਵਿੰਟਰ ਸ਼ੂਜ਼ ਪਾਏ ਹੋਏ ਸੀਗੇ। ਆਈ ਮਸਟ ਸੇ ਦੈਟ ਹਿਜ਼ ਡਰੈਸਿੰਗ ਸਟਾਈਲ ਇਜ਼ ਅ ਡਿਫਰੈਂਟ ਦੈਟ ਆਈ ਹੈਵ ਨੈਵਰ ਸੀਨ ਹਿਮ ਡਰੈਸਡ ਅਪ ਐਜ਼ ਅ ਨੋਰਮਲ ਪਰਸਨ। ਸੋ ਕਹਿੰਦੇ ਮੈਂ ਇਹੀ ਕਹਿਣਾ ਚਾਹੁੰਦੀ ਕਿ ਉਹਦਾ ਜੋ ਡਰੈਸਿੰਗ ਸਟਾਈਲ ਆ ਉਹ ਬਿਲਕੁਲ ਡਿਫਰੈਂਟ ਹੈ, ਮੈਂ ਕਦੇ ਵੀ ਇਸੇ ਮਤਲਬ ਕਿ ਨੋਰਮਲ ਪਰਸਨ ਨੂੰ ਇੱਦਾਂ ਦੇ ਕੱਪੜੇ ਪਾਏ ਹੋਏ ਨਹੀਂ ਦੇਖੇ। ਦੇਰ ਆਰ ਨਿਊਮਰਸ ਥਿੰਗਸ ਦੈਟ ਮੇਕਸ ਹਿਜ਼ ਆਊਟਫਿਟਸ ਅਨਕੋਮਨ ਐਂਡ ਡਿਫਰੈਂਟ। ਕਹਿੰਦੇ ਬਹੁਤ ਸਾਰੇ ਕਾਰਨ ਨੇ, ਥਿੰਗਸ ਨੇ ਜਿਹਦੇ ਕਰਕੇ ਉਹਦੇ ਜਿਹੜੇ ਕੱਪੜੇ ਨੇ ਕੀ ਲੱਗਦੇ ਨੇ, ਵੀਅਰਡ ਲੱਗਦੇ ਨੇ। ਇਫ ਆਈ ਟਾਕ ਅਬਾਊਟ ਦਾ ਚੋਇਸ ਆਫ ਕਲਰਸ, ਮੋਸਟ ਮੈਨ ਪ੍ਰੈਫਰ ਟੂ ਵੇਅਰ ਸੋਬਰ ਐਂਡ ਲਾਈਟ ਕਲਰਸ। ਕਹਿੰਦੇ ਜੇ ਮੈਂ ਕਲਰ ਦੀ ਹੀ ਉਹ ਕਰਾਂ ਗੱਲ, ਕਹਿੰਦੇ ਮੈਨਸ ਨੂੰ ਪ੍ਰੈਫਰ ਕੀ ਹੁੰਦਾ ਜ਼ਿਆਦਾ ਕਰਦੇ ਨੇ, ਉਹ ਲਾਈਟ ਕਲਰ ਕਲੋਥਸ ਪਾਉਣਾ ਪਸੰਦ ਕਰਦੇ ਨੇ, ਜਿਵੇਂ ਵਾਈਟ, ਗ੍ਰੇ ਹੋ ਗਿਆ। ਬਟ ਹੀ ਪ੍ਰੈਫਰ ਟੂ ਵੇਅਰ ਆਈ ਕੈਚਿੰਗ ਕਲਰਸ ਲਾਈਕ ਯੈਲੋ, ਔਰੇਂਜ ਐਂਡ ਰੈੱਡ। ਬਟ ਉਹਨੂੰ ਕਹਿੰਦੇ ਕੀ ਪਸੰਦ ਆ, ਆਈ ਕੈਚਿੰਗ, ਜੋ ਅੱਖਾਂ ਨੂੰ ਬਿਲਕੁਲ ਲਾਈਕ ਆਪਾਂ ਕਿਸੇ ਦੇ ਡਾਰਕ ਕਲਰ ਦੇ ਜਾਂ ਬ੍ਰਾਈਟ ਕਲਰ ਦੇ ਕੱਪੜੇ ਦੇਖ ਲਈਏ ਤਾਂ ਆਪਾਂ ਉਹਦੇ ਵੱਲ ਅਟਰੈਕਟ ਹੁੰਦੇ ਹਾਂ, ਤਾਂ ਉਹਨੂੰ ਕਹਿੰਦੇ ਇੱਦਾਂ ਦੇ ਕੱਪੜੇ ਪਾਉਣੇ ਪਸੰਦ ਨੇ। ਆਈ ਵਿਵਡਲੀ ਰਿਮੈਂਬਰ, ਕਹਿੰਦੇ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਦੈਟ ਵਨ ਟਾਈਮ ਹੀ ਵੋਰ ਵਾਈਬ੍ਰੈਂਟ ਕਲਰ ਡਰੈਸ ਇਨ ਅਵਰ ਕਾਲਜ ਔਨ ਐਸੇ ਰਾਈਟਿੰਗ ਕੰਪੀਟੀਸ਼ਨ। ਕਹਿੰਦੇ ਮੈਨੂੰ ਯਾਦ ਹੈ ਚੰਗੀ ਤਰ੍ਹਾਂ, ਉਹਨੇ ਐਸੇ ਰਾਈਟਿੰਗ ਕੰਪੀਟੀਸ਼ਨ 'ਤੇ ਵੀ ਇੱਕ ਵਾਰੀ ਇੱਦਾਂ ਦੇ ਹੀ ਕੱਪੜੇ ਪਾਏ ਸੀ। ਐਵਰੀ ਵਨ ਵਾਜ਼ ਸ਼ੌਕਡ ਟੂ ਸੀ ਦਾ ਕੋਸਟਿਊਮ ਹੀ ਵੋਰ ਔਨ ਦੈਟ ਡੇ ਐਂਡ ਆਲ ਸਟੂਡੈਂਟ ਲਾਫਡ ਐਟ ਹਿਮ। ਅਤੇ ਕਹਿੰਦੇ ਸਾਰੇ ਉਹਨੂੰ ਦੇਖ ਕੇ ਸ਼ੌਕ ਹੋ ਗਏ ਅਤੇ ਸਾਰੇ ਹੀ ਉਸ 'ਤੇ ਹੱਸ ਰਹੇ ਸੀ। ਆਈ ਆਸਕਡ ਹਿਮ ਦਾ ਰੀਜ਼ਨ ਬਿਹਾਈਂਡ ਵੇਅਰਿੰਗ ਦੀਸ ਟਾਈਪ ਆਫ ਕਲੋਥ। ਕਹਿੰਦੇ ਮੈਂ ਉਹਨੂੰ ਰੀਜ਼ਨ ਵੀ ਪੁੱਛਿਆ ਵੀ ਇਹਦੇ ਪਿੱਛੇ ਰੀਜ਼ਨ ਕੀ ਹੈ ਕਿ ਤੂੰ ਇਸ ਤਰ੍ਹਾਂ ਦੇ ਕੱਪੜੇ ਕਿਉਂ ਪਾਉਣਾ ਹੈ। ਦੈਨ ਹੀ ਸੈਡ ਦੈਟ ਹੀ ਵਾਂਟਸ ਟੂ ਚੇਂਜ ਦਾ ਪਰਸੈਪਸ਼ਨ ਆਫ ਸੋਸਾਇਟੀ ਦੈਟ ਲਾਈਕ ਵੁਮੈਨ ਮੈਨ ਕੈਨ ਆਲਸੋ ਟਰਾਈ ਡਿਫਰੈਂਟ ਟਾਈਪ ਆਫ ਕਲੋਥਿੰਗ। ਤਾਂ ਉਹਨੇ ਮੈਨੂੰ ਆਨਸਰ ਦਿੱਤਾ ਕਿ ਉਹ ਲੋਕਾਂ ਦੀ ਜਿਹੜੀ ਸੋਚ ਹੈ ਉਹਨਾਂ ਨੂੰ ਚੇਂਜ ਕਰਨਾ ਚਾਹੁੰਦਾ ਕਿ ਵੁਮੈਨ ਦੀ ਤਰ੍ਹਾਂ ਜਿਹੜੇ ਮੈਨ ਨੇ ਉਹ ਵੀ ਡਿਫਰੈਂਟ ਟਾਈਪ ਆਫ ਕਲੋਥਿੰਗ ਪਾ ਸਕਦੇ ਨੇ, ਵੇਅਰ ਕਰ ਸਕਦੇ ਨੇ। ਅਪਾਰਟ ਫਰੋਮ ਦਿਸ ਹੀ ਹੈਜ਼ ਅ ਵੈਰੀ ਕਾਇੰਡ ਨੇਚਰ। ਕਹਿੰਦਾ ਉਹਦਾ ਨੇਚਰ ਬਹੁਤ ਵਧੀਆ ਐਂਡ ਈਵਨ ਆਈ ਡਿਸਕਸ ਆਲ ਆਫ ਮਾਈ ਸੀਕਰੇਟਸ ਵਿਦ ਹਿਮ। ਅਤੇ ਮੈਂ ਕਹਿੰਦੇ ਆਪਣੇ ਸਾਰੇ ਸੀਕਰੇਟਸ ਉਸ ਨਾਲ ਡਿਸਕਸ ਵੀ ਕਰਦੀ ਹਾਂ। ਸੋ ਓਵਰਆਲ ਦਿਸ ਇਜ਼ ਦਾ ਪਰਸਨ ਦੈਟ ਆਈ ਨੋ ਹੂ ਵੇਅਰਸ ਅਨਯੂਜ਼ਲ ਆਊਟਫਿਟਸ। ਸੋ ਕਹਿੰਦੇ ਇਹ ਪਰਸਨ ਹੈ ਜਿਸਨੂੰ ਮੈਂ ਜਾਣਦੇ ਹਾਂ ਜੋ ਕਿ ਅਨਯੂਜ਼ਲ ਆਊਟਫਿਟਸ ਪਹਿਨਦਾ ਹੈ, ਠੀਕ ਹੈ ਜੀ। ਸੋ ਫਸਟ ਕੁਸ਼ਚਨ ਹੈ ਫੋਲੋ ਅਪ ਦਾ, ਵੇਅਰ ਡੂ ਇੰਡੀਅਨ ਨੋਰਮਲੀ ਬਾਏ ਕਲੋਥ। ਕਹਿੰਦੇ ਇੰਡੀਅਨ ਪੀਪਲ ਕਿੱਥੇ ਕਲੋਥ ਬਾਏ ਕਰਦੇ ਆ, ਨੋਰਮਲੀ ਸ਼ੋਪਸ ਜਾਂ ਫਿਰ ਔਨਲਾਈਨ। ਬਟ ਕਹਿੰਦੇ ਜੋ ਸਟਾਰਟ ਆ, ਕਹਿੰਦੇ ਨਾਓ ਇਜ਼ ਦਾ ਇੰਟਰਨੈਟ ਏਜ। ਕਹਿੰਦੇ ਅੱਜ ਕੱਲ੍ਹ ਜਿਹੜਾ ਇੰਟਰਨੈਟ ਦਾ ਯੁੱਗ ਹੈ, ਸੋ ਨਾਓ ਵੈਦਰ ਯੰਗ ਪੀਪਲ, ਮਿਡਲ ਏਜ ਐਂਡ ਓਲਡ ਪੀਪਲ ਲਾਈਕ ਟੂ ਸ਼ੋਪ ਔਨਲਾਈਨ। ਕਹਿੰਦੇ ਸਭ ਤੋਂ ਜ਼ਿਆਦਾ ਪ੍ਰੈਫਰੈਂਸ ਵੱਧ ਰਹੀ ਹੈ ਔਨਲਾਈਨ ਸਾਈਡ
ਆਨਲਾਈਨ ਪ੍ਰੈਫਰ ਕਰਦੇ ਨੇ ਆਈ ਬਾਏ ਮਾਈ ਕਲੋਥ ਥਰੂ ਆਨਲਾਈਨ ਓਨਲੀ ਕਹਿੰਦੇ ਤੇ ਮੈਂ ਆਪਣੇ ਕੱਪੜੇ ਆਨਲਾਈਨ ਹੀ ਪਰਚੇਸ ਕਰਦੀ ਹਾਂ ਕਿਉਂ ਐਜ ਆਈ ਐਮ ਆ ਵਰਕਿੰਗ ਵੂਮੈਨ ਆਈ ਡੋਂਟ ਹੈਵ ਟਾਈਮ ਟੂ ਗੋ ਸ਼ੋਪ ਐਂਡ ਸਿਲੈਕਟ ਮਾਈ ਡਰੈਸ ਕਹਿੰਦੇ ਜਿਵੇਂ ਕਿ ਮੈਂ ਇੱਕ ਵਰਕਿੰਗ ਵੂਮੈਨ ਹਾਂ ਤਾਂ ਮੇਰੇ ਕੋਲ ਇੰਨਾ ਟਾਈਮ ਹੀ ਨਹੀਂ ਹੈ ਕਿ ਮੈਂ ਜਾਵਾਂ ਸ਼ੋਪ 'ਤੇ ਅਤੇ ਕੋਈ ਡਰੈਸ ਨੂੰ ਸਿਲੈਕਟ ਕਰਾਂ ਬਿਕੋਜ਼ ਫੋਰ ਵੂਮੈਨਸ ਸ਼ੋਪਿੰਗ ਕਲੋਥਸ ਇਜ਼ ਨੋਟ ਵੈਰੀ ਈਜ਼ੀ ਸੋ ਆਈ ਚੂਜ਼ ਔਨਲਾਈਨ ਸ਼ੋਪਿੰਗ ਇਜ਼ ਦਾ ਬੈਸਟ ਵੇ ਟੂ ਬਾਏ ਮਾਈ ਫੇਵਰੇਟ ਕਲੋਥਸ ਸੋ ਕਹਿੰਦੇ ਸ਼ੋਪਿੰਗ ਕਰਨੀ ਕੋਈ ਈਜ਼ੀ ਨਹੀਂ ਹੈ ਸੋ ਮੈਨੂੰ ਲੱਗਦਾ ਕਿ ਮੇਰੇ ਲਈ ਬੈਸਟ ਕੀ ਆ ਔਨਲਾਈਨ ਹੀ ਹੈ ਬਟ ਆਈ ਹੈਵ ਲੋਟ ਆਫ ਕਨਫਿਊਜ਼ਨ ਟੂ ਸਿਲੈਕਟ ਵੈਨ ਵਿੱਚ ਔਨਲਾਈਨ ਵੈਬਸਾਈਟ ਇਜ਼ ਦਾ ਬੈਸਟ ਵਨ ਟੂ ਗਿਵ ਕੁਆਲਿਟੀ ਪ੍ਰੋਡਕਟਸ ਅਟਰੈਕਟਿਵ ਡਿਸਕਾਊਂਟਸ ਬੈਸਟ ਕਸਟਮਰ ਸਰਵਿਸ ਐਂਡ ਐਟਸੈਟਰਾ ਬਟ ਮੈਨੂੰ ਹਮੇਸ਼ਾ ਕਹਿੰਦੇ ਇਹਨਾਂ ਦੇ ਵਿੱਚ ਕਨਫਿਊਜ਼ਨ ਰਹਿੰਦੇ ਆ ਕਿ ਕਿਹੜੀ ਵੈਬਸਾਈਟ ਵਧੀਆ ਮਟੀਰੀਅਲ ਪ੍ਰੋਵਾਈਡ ਕਰਦੀ ਹੈ ਕਿਹਦੇ ਵਿੱਚ ਵਧੀਆ ਡਿਸਕਾਊਂਟ ਹੁੰਦਾ ਹੈ ਐਂਡ ਅਦਰ ਥਿੰਗਸ ਠੀਕ ਹੈ ਜੀ ਸੋ ਸੈਕਿੰਡ ਕੁਐਸਚਨ ਹੈ ਵਟ ਇਜ਼ ਦਾ ਡਿਫਰੈਂਸ ਬਿਟਵੀਨ ਮੈਨਸ ਐਂਡ ਵੂਮੈਨਸ ਚੋਇਸ ਆਫ ਕਲੋਥਸ ਕਹਿੰਦੇ ਮੈਨਸ ਅਤੇ ਵੂਮੈਨਸ ਦੀ ਚੋਇਸ ਕਿੱਦਾਂ ਡਿਫਰੈਂਟ ਹੁੰਦੀ ਆ ਸੋ ਵੂਮੈਨ ਆਰ ਵੈਰੀ ਮੱਚ ਇਨਟੂ ਫੈਸ਼ਨ ਐਂਡ ਸਟਾਈਲ ਵੂਮੈਨਸ ਨੂੰ ਕਹਿੰਦੇ ਸਟਾਈਲ ਪਸੰਦ ਹੈ ਫੈਸ਼ਨ ਪਸੰਦ ਆ ਮੋਸਟ ਆਫ ਦਾ ਫੀਮੇਲਸ ਲਵ ਟੂ ਵੀਅਰ ਬ੍ਰਾਈਟ ਕਲਰ ਕਲੋਥਸ ਲਾਈਕ ਰੈੱਡ ਪਿੰਕ ਐਂਡ ਸ਼ੋ ਔਨ ਔਨ ਦਾ ਅਦਰ ਹੈਂਡ ਮੇਲਸ ਪ੍ਰੈਫਰ ਸੋਬਰ ਐਂਡ ਲਾਈਟ ਕਲਰ ਕਲੋਥਸ ਲਾਈਕ ਵਾਈਟ ਗ੍ਰੇ ਐਂਡ ਬਲੂ ਫਰਦਰਮੋਰ ਮੈਨ ਲਾਈਕ ਟੂ ਬਾਏ ਕੰਫਰਟੇਬਲ ਕਲੋਥਸ ਔਰ ਆਊਟਫਿਟਸ ਬਟ ਵੂਮੈਨ ਲਵ ਟੂ ਬਾਏ ਟ੍ਰੈਂਡੀ ਕਲੋਥਸ ਪਰ ਵੂਮੈਨ ਨੂੰ ਕੀ ਪਸੰਦ ਨੇ ਟ੍ਰੈਂਡੀ ਕਲੋਥਸ ਪਸੰਦ ਨੇ Third question hai, do clothes affect people's mood? So yes, sure, several study shows people's mood can be affected depending on what they wear. Kehnde research ne show kita hai ke jo lokan di dressing sense hai, unhan de mood nu affect kardi hai. The style, material, color and shape of their clothing choices can express different emotions. Baggy clothes and big sweatshirts are related to depression while dresses and jewelry are associated more with a happy or positive state of mind kehnde agar baggy clothes ya big sweatshirts paye hunde ta oh sad mood nu represent karde ne and je apan ne jewelry wagera paye ta oh happy moment nu represent karde ne mood nu like we oh positive positivity show karde ne Fourth question hai what do people consider when buying clothes kehnde log ki consider karde ne jadon oh clothes khareedne most of bahut kaafi sare factors hunde ne jive ki theek hai kiddan da cloth hai material kiddan da hai oda color kiddan da hai price kivein hai theek hai people consider various factors in mind while buying clothes such as fabric price good quality texture color and so on for example some clothes look good on you because of the colors while others can show your best features like your eyes or hair so kai baar kende kuch kapdeyan de rang hi idda de hunde jide vich tusi best lagde hunde ho so eh depend like log apne dekhde hai ki unna te kehda color suit karuga so kende bahut zyada factors hunde ne so log oh sare factors consider karke hi apne clothes purchase karde ne theek hai friend ਇਸੇ ਆਪਣੀ ਅੱਜ ਦੀ ਕਲਾਸ ਮੈਨੂੰ ਆਸ ਹੈ ਕਿ ਤੁਹਾਨੂੰ ਅੱਜ ਦੀ ਕਲਾਸ ਬਹੁਤ ਵਧੀਆ ਲੱਗੀ ਹੋਵੇਗੀ ਜੇ ਤੁਹਾਨੂੰ ਮੇਰੀ ਅੱਜ ਦੀ ਕਲਾਸ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਸ਼ੇਅਰ ਜ਼ਰੂਰ ਕਰਿਓ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ 'ਤੇ ਕਲਿੱਕ ਕਰੋ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਓਕੇ ਫਰੈਂਡਸ ਮਿਲਦੇ ਨਵੀਂ ਵੀਡੀਓ ਦੇ ਨਾਲ ਬਾਏ ਟੇਕ ਕੇਅਰ